ਵੱਡੀ ਖਬਰ ਕਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਹੋਈ ਅਲਰਟ ਕੇਂਦਰ ਸਰਕਾਰ ਨੇ 에어ਪੋਰਟਸ ਤੇ ਰੈਂਡਮ ਟੈਸਟ ਤੇ ਥਰਮਲ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਹੈ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਾਉਣ ਦੀ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਭਾਰਤ ਦੇ ਸਿਹਤ ਮੰਤਰੀ ਮਨਸੂਖ ਮਾੜਵਿਆ ਨੇ ਕਿਹਾ ਕਿ ਚੀਨ ਵਿੱਚ ਜਿਸ ਤਰ੍ਹਾਂ ਨਾਲ ਕਰੋਨਾ ਮਹਾਮਾਰੀ ਫੈਲੀ ਹੋਈ ਹੈ ਉਸ ਨੂੰ ਦੇਖਦੇ ਹੋਏ ਚੀਨ ਜਾਪਾਨ ਦੱਖਣੀ ਕੋਰੀਆ ਸਿੰਗਾਪੁਰ ਬੈਂਕਾਕ ਸਾਰੇ ਕਿਤੋਂ ਆਉਣ ਵਾਲੀਆਂ ਫਲਾਈਟਾਂ ਦੇ ਯਾਤਰੀਆਂ ਦਾ ਥਰਮਲ ਸਕੈਨਿੰਗ ਕੀਤਾ ਜਾਵੇਗਾ ਅਤੇ ਸਾਰੇ ਯਾਤਰੀ ਆਪਣੇ ਕੋਲ ਆਰਟੀਪੀਸੀਆਰ ਟੈਸਟ ਦੀ ਰਿਪੋਰਟ ਅਪਲੋਡ ਕਰਕੇ ਆਉਣ ਅਗਰ ਕੋਈ ਯਾਤਰੀ ਕਰੋਨਾ ਪੋਜ਼ਿਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਕਵਾਰੈਂਟਾਈਨ ਕੀਤਾ ਜਾਵੇਗਾ ਇਸ ਦੇ ਨਾਲ ਹੀ WHO ਨੇ ਦੱਸਿਆ ਕਿ ਚੀਨ ਮੌਤਾਂ ਦੇ ਅੰਕੜਿਆਂ ਦੀ ਸਹੀ ਸੰਖਿਆ ਦੀ ਜਾਣਕਾਰੀ ਨਹੀਂ ਦੇ ਰਿਹਾ ਹੈ ਜਦਕਿ WHO ਨੇ ਚੀਨ ਨੂੰ ਸਹੀ ਅੰਕੜੇ ਦੱਸਣ ਦੀ ਹਦਾਇਤ ਕੀਤੀ ਹੈ ਚੀਨ ਵਿੱਚ ਮਰੀਜ਼ਾਂ ਦਾ ਬਹੁਤ ਬੁਰਾ ਹਾਲ ਹੈ ਬੈੱਡਾਂ ਦੀ ਕਮੀ ਕਰਕੇ ਇਲਾਜ ਕਰਨ ਵਿੱਚ ਦਿੱਕਤ ਆ ਰਹੀ ਹੈ ਮੈਡੀਕਲ ਸਟੋਰਾਂ ਦੇ ਅੱਗੇ ਵੀ ਲੰਬੀਆਂ ਕਤਾਰਾਂ ਵੇਖੀਆਂ ਗਈਆਂ ਹਨ ਚੀਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਰ ਰਹੇ ਹਨ ਕਰੋਨਾ ਮਹਾਮਾਰੀ ਦੇ ਤੇਜ਼ੀ ਨਾਲ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਲਖਨਊ ਵਿੱਚ ਲੋਕਾਂ ਦੇ ਬੂਸਟਰ ਡੋਜ਼ ਲਗਵਾਉਣ ਦੀ ਜਾਗਰੂਤਾ ਵਧੀ ਹੈ ਹੁਣ ਦੇਖਣਾ ਹੋਵੇਗਾ ਕਿ ਕਰੋਨਾ ਦੇ ਵੱਧੇ ਕੇਸਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਅਗਲੀਆਂ ਕੀ ਨਵੀਆਂ ਗਾਈਡਲਾਈਨਸ ਲੈ ਕੇ ਆਵੇਗੀ ਬਿਊਰੋ ਰਿਪੋਰਟ ਰੰਗਲਾ ਟੀਵੀ